ਆਪਾਂ ਇਸ ਟਾਈਮ 'ਤੇ ਇਹਦੀ ਮਾਂ ਨਹੀਂ, ਆਪਾਂ ਸਾਰੇ ਇਹਦੇ ਮਾਂ ਦਾ ਰੋਲ ਜਿਹੜਾ ਨਿਭਾਈਏ ਅਤੇ ਪਿਤਾ ਦੇ ਨਾਲ ਆਪਾਂ ਖੜੀਏ। ਕਿੰਨੀਆਂ ਜਮਾਤਾਂ ਕਰਨੀਆਂ? 12 ਕਰਨੀਆਂ ਵਾ। ਘਰ ਤੁਹਾਡਾ? ਘਰ ਵਾਰ ਇਸ ਟਾਈਮ ਕੋਈ ਨਹੀਂ ਗਾ, ਉੱਥੇ ਜ਼ਿਆਦਾ ਕਰਨਾ। ਅੱਛਾ, ਸਟੇਸ਼ਨ ਤੇ ਉਦਾਂ ਹੀ? ਹਾਂਜੀ। ਵੇਖੋ ਜੀ ਵੀਰੋ, ਉਹਨਾਂ ਰਹਿਣ ਦੀ ਜਗ੍ਹਾ ਦਿੱਤੀ ਹੋਈ ਹੈ ਸਟੇਸ਼ਨ ਵਾਲੇ। ਹਾਂਜੀ ਠੀਕ। ਤਾਂ ਜੇ ਤੁਹਾਨੂੰ ਮਿਲਣਾ ਹੋਵੇ ਕੋਈ ਖਾਤਾ ਨੰਬਰ? ਕੋਈ ਖਾਤਾ ਨੰਬਰ ਨਹੀਂ। ਜਿੰਨੇ ਵੀ ਮਿਲਣਾ ਗੁਰਦੁਆਰੇ ਚੱਬਾ ਸਾਹਿਬ 10-11 ਵਜੇ ਆਉਂਦੇ ਤੇ ਸ਼ਾਮੀ 4-5 ਵਜੇ ਜਾਂਦੇ ਆ। ਚੈਨਲ ਪੰਜਾਬ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਸੀ ਜਿਸ ਵਿੱਚ ਇੱਕ ਸਿੱਖ ਬੱਚਾ ਐਨਕ ਵੇਚਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਗੱਡੀ ਵਿੱਚ ਬੈਠੇ ਸ਼ਖਸ ਵੱਲੋਂ ਬੱਚੇ ਨੂੰ ਉਂਝ ਪੈਸੇ ਲੈਣ ਦੀ ਗੱਲ ਆਖੀ ਗਈ ਸੀ, ਪਰ ਬੱਚੇ ਨੇ ਸਾਫ਼ ਮਨਾ ਕਰਦਿਆਂ ਇਹ ਕਿਹਾ ਸੀ ਕਿ ਮੈਂ ਉਂਝ ਪੈਸੇ ਨਹੀਂ ਲੈਂਦਾ। ਜੀ ਹਾਂ, ਬੱਚੇ ਦੀ ਇਸ ਮਾਸੂਮੀਅਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਅਜਿਹੀ ਵਾਇਰਲ ਹੋਈ ਕਿ ਕੁਝ ਸਮਾਜ ਸੇਵੀ ਸੰਸਥਾਵਾਂ ਬੱਚੇ ਨੂੰ ਮਿਲਣ ਲਈ ਉਹਨਾਂ ਦੇ ਕੋਲ ਪਹੁੰਚੀਆਂ ਤੇ ਉੱਥੇ ਪਹੁੰਚ ਕੇ ਉਹਨਾਂ ਵੱਲੋਂ ਹੋਰ ਸਮਾਜ ਸੇਵੀ ਸੰਸਥਾਵਾਂ ਤੇ NRI ਵੀਰਾਂ ਕੋਲੋਂ ਉਹਨਾਂ ਦੀ ਮਦਦ ਕਰਨ ਦੀ ਗੱਲ ਆਖੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁਰੂ ਰੂਪ ਸਾਹਿਬ ਸਿੰਘ ਜੀ ਦੇਸਾਂ ਪ੍ਰਦੇਸਾਂ 'ਚ ਵੱਸਦੇ ਸਾਡੇ NRI ਵੀਰ, ਗੁਰੂ ਕੀ ਸੰਗਤ, ਜੋ ਕੱਲ੍ਹ ਆਪਾਂ ਇਹ ਬੱਚੇ ਦੀ ਵੀਡੀਓ ਪਾਈ ਸੀ, ਗੁਰਕੀਰਤ ਸਿੰਘ ਦਾ ਨਾਮ ਅੱਜ ਪਤਾ ਲੱਗਾ ਫਾਦਰ ਸਾਹਿਬ ਕੋਲ, ਵੀ ਇਸ ਬੱਚੇ ਦਾ ਨਾਮ ਗੁਰਕੀਰਤ ਸਿੰਘ ਵਾ ਅਤੇ ਜੋ ਕੱਲ੍ਹ ਐਨਕਾਂ ਵੇਚਣ ਡਿਆ ਸੀ ਅਤੇ ਐਨਕ ਦੇ ਵਿੱਚ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਕੋਲ ਉੱਦਾਂ ਪੈਸੇ ਲੈ ਲਾ ਵੀ ਐਨਕ ਸਾਨੂੰ ਲੋੜ ਨਹੀਂ ਆ, ਪਰ ਇਸ ਬੱਚੇ ਨੇ ਇਮਾਨਦਾਰੀ ਨਾਲ ਕਿਹਾ ਵੀ ਸਾਨੂੰ ਉੱਦਾਂ ਪੈਸੇ ਨਹੀਂ ਮੈਨੂੰ ਚਾਹੀਦੇ, ਮੈਂ ਐਨਕ ਵੇਚ ਕੇ ਮੇਰੇ ਡੈਡੀ ਨੇ ਵੀ ਪੁੱਛ ਲਓ ਭਾਵੇਂ ਕਿ ਮੈਂ ਉੱਦਾਂ ਪੈਸੇ ਕਿਸੇ ਕੋਲ ਨਹੀਂ ਲੈਂਦਾ, ਜਿਹੜੇ ਪੈਸੇ ਮੈਂ ਲੈਣੇ ਆ ਉਹ ਆਪਣੀ ਐਨਕ ਵੇਚ ਕੇ ਕਿਰਤ ਕਰਕੇ ਲੈਣੇ ਆ। ਇਹ ਤੋਂ ਸਾਰੀ ਸੰਗਤ ਦਾ, ਜਿੰਨੇ ਵੀ NRI ਵੀਰ ਵਾ, ਸਾਰਿਆਂ ਦਾ ਬੜਾ ਮਨ ਖੁਸ਼ ਹੋਇਆ ਕਿ ਇੱਕ ਇੰਨਾ ਇਮਾਨਦਾਰ ਬੱਚਾ ਵਾ ਅਤੇ ਇਹਦੀ ਮਦਦ ਕੀਤੀ ਜਾਵੇ, ਇਹਦਾ ਪੜ੍ਹਾਈ ਦਾ ਖਰਚਾ, ਇਹਨਾਂ ਦੇ ਘਰ ਦਾ ਖਰਚਾ, ਰਾਸ਼ਨ ਦਾ ਖਰਚਾ ਸਾਰਾ ਚੁੱਕਿਆ ਜਾਵੇ। ਅਤੇ ਉਹ ਸਾਰੇ ਵੀਰਾਂ ਨੇ ਕਿਹਾ ਸੀ ਕਿ ਇਹਨਾਂ ਨਾਲ ਕਨੈਕਟ ਕੀਤਾ ਜਾਵੇ, ਮਿਲ ਕੇ ਆਏ ਆਓ ਉਹਨਾਂ ਦੇ ਨਾਲ, ਅੱਜ ਇਸ ਕਰਕੇ ਮਿਲਣਾ ਹੈ ਇਹਨਾਂ ਦੇ ਫਾਦਰ ਸਾਹਿਬ ਜੀ ਆ। ਅੱਜ ਇਹ ਵੀਰ ਮਾਸਕ ਵੇਚਣ ਡਿਆ ਵਾ, ਜਿਹੜੇ ਕਰੋਨਾ ਵਾਇਰਸ ਤੋਂ ਆਪਾਂ ਨੂੰ ਬਚਣ ਵਾਸਤੇ, ਸੇਫਟੀ ਵਾਸਤੇ ਆਪਾਂ ਮਾਸਕ ਦੀ ਵਰਤੋਂ ਕਰਦੇ ਹਾਂ, ਜੇ ਮਾਸਕ ਜਿਹੜਾ ਵਾ ਇਹ ਵੇਚਣ ਡਿਆ ਵਾ। ਅਤੇ ਆਉਂਦਿਆਂ ਬੱਚੇ ਨੇ ਮਾੜਾ ਜਿਹਾ ਮਹਿਸੂਸ ਕੀਤਾ ਕਿ ਹੁਣੀ ਮੈਨੂੰ ਲੈਣ ਵਾਸਤੇ ਆਏ ਆ, ਅਤੇ ਮਨ ਭਾਰ ਆਇਆ ਕਿ ਨਹੀਂ ਮੈਂ ਡੈਡੀ ਦੇ ਨਾਲ ਰਹਿਣਾ, ਅਤੇ ਅਸੀਂ ਕਿਹਾ ਵੀ ਤੈਨੂੰ ਡੈਡੀ ਦੇ ਕੋਲ ਹੀ ਰੱਖਣਾ ਵਾ, ਇੰਨਾ ਵੀ ਤੇਰੀ ਮਦਦ ਕੀਤੀ ਜਾਣੀ ਆ, ਤੈਨੂੰ ਆਹ ਜਿਹੜਾ ਤੂੰ ਵੇਚਦਾ ਵਾ ਇਹ ਵੇਚਣ ਤੋਂ ਤੈਨੂੰ ਬੰਦ ਕਰਕੇ ਤੇਰਾ ਸਿੱਧਾ ਹੀ ਖਰਚਾ ਜਿਹੜਾ ਵਾ ਵੀਰ ਭਰਾ ਜਿਹੜੇ ਆ ਉਹ ਸਿੱਧਾ ਹੀ ਤੈਨੂੰ ਦਿਆ ਕਰਨਗੇ। ਸੋ ਇਸ ਕਰਕੇ ਸਾਰੇ ਅੱਜ ਅਸੀਂ ਵੀਰ ਆ ਪਹੁੰਚੇ ਇੱਥੇ ਇਸ ਵੀਰ ਦੇ ਕੋਲ। ਹਾਂਜੀ ਭਾਅ ਜੀ, ਤੁਸੀਂ ਦੱਸੋ ਕਿ ਤੁਹਾਡਾ ਹੀ ਕਿੱਤਾ ਵਾ ਵੀ ਐਨਕਾਂ ਵੇਚ ਕੇ ਗੁਜ਼ਾਰਾ ਕਰਦੇ? ਹਾਂਜੀ, ਕੁਛ ਮਾੜਾ ਮੋਟਾ ਸਟੇਸ਼ਨ 'ਤੇ ਸਫਾਈ ਦਾ ਕੰਮ ਕਰੀਦਾ ਹੈ। ਅੱਛਾ ਅੱਛਾ, ਕੁਛ ਥੋੜ੍ਹਾ ਬਹੁਤ ਦੱਸੋ ਗੁਜ਼ਾਰਾ ਹੁੰਦਾ, ਬਾਕੀ ਇਸ ਤਰ੍ਹਾਂ ਹੀ ਫਿਰ ਤੁਰ ਕੇ ਸਮਾਨ ਵੇਚ ਕੇ ਕਰਦੇ। ਅੱਛਾ ਅੱਛਾ, ਬਾਕੀ ਵੀਰੋ ਸ਼ੇਅਰ ਕਰ ਦਿਓ, ਜਿਹੜੇ ਵੀਰਾਂ ਨੇ ਆਪਾਂ ਨੂੰ ਪੁੱਛਿਆ ਨਾ ਕਨੈਕਟ ਨੰਬਰ, ਉਹਨਾਂ ਤੱਕ ਇਹ ਗੱਲ ਪਹੁੰਚ ਜੇ ਵੀ ਇਹ ਇਹਨਾਂ ਦੇ ਫਾਦਰ ਸਾਹਿਬ ਆ। ਠੀਕ ਆ। ਹਾਂ ਬੱਚਾ, ਪੜ੍ਹਨਾ ਚਾਹੁੰਦਾ ਵਾ? ਹੈਂ, ਕਿੰਨਵੀਂ 'ਚ ਪੜ੍ਹਦਾ? ਮੈਂ 3rd 'ਚ ਹਾਂ। ਅੱਛਾ, ਕਿੰਨੀਆਂ ਜਮਾਤਾਂ ਕਰਨੀਆਂ? 12 ਕਰਨੀਆਂ ਵਾ। ਅੱਛਾ ਅੱਛਾ, ਅਫਸਰ ਬਣੂਗਾ ਨਾ, ਤੈਨੂੰ ਵੇਚਣ ਲੱਗੇ ਹੋਰ ਤਰ੍ਹਾਂ ਨਹੀਂ ਹੁੰਦੀ? ਹੈਂ, ਮੈਂ ਕਰਦਾ 2 ਮਹੀਨੇ ਵੀਡੀਓ ਬਣਾਉਣ ਦੇ ਬੱਚੇ ਦੀ। ਠੀਕ ਆ, ਜਗਪ੍ਰੀਤ ਫੜ ਦੱਸ ਮਾੜਾ। ਹਾਂਜੀ ਗੁਰੂ ਪਿਆਰਿਓ, ਭਾਈ ਹਰਜੀਤ ਸਿੰਘ ਨਾ ਕੱਲ੍ਹ ਆਏ ਸੀ ਅਤੇ ਚੱਬਾ ਸਾਹਿਬ ਲੈਣ ਨਿਸ਼ਾਨ ਸਾਹਿਬ ਦਾ ਚੋਲਾ, ਅਤੇ ਉੱਥੇ ਇਹ ਬੱਚਾ ਮਿਲ ਗਿਆ, ਅਤੇ ਆਪਾਂ ਕੋਈ ਜ਼ਰੂਰੀ ਨਹੀਂ ਵੀ ਇਹਦਾ ਚਿਹਰਾ ਵਿਖਾਉਣ, ਸਾਨੂੰ ਆਪ ਵੀ ਮਹਿਸੂਸ ਹੁੰਦਾ, ਪਰ ਬਹੁਤ ਜ਼ਿਆਦਾ ਸ਼ੁਕਰ ਜਿਹੜੇ ਰਾਜਪੁਰਾ ਦਮਦਮੀ ਟਕਸਾਲ ਵਾਲੇ ਵੀਰ, ਉਹਨਾਂ ਨੇ ਕਿਹਾ ਵੀ ਇਹ ਵੀਰ ਦਾ ਖਰਚਾ ਚੁੱਕਾਂਗੇ ਪਰ ਸਾਨੂੰ ਡਰੈਸ ਦਿਓ, ਅਤੇ ਡਰੈਸ ਖੁਦ ਭਾਈ ਹਰਜੀਤ ਸਿੰਘ ਨੂੰ ਵੀ ਨਹੀਂ ਪਤਾ, ਅਤੇ ਅੱਜ ਅਸੀਂ ਕੈਪਟਨ ਸਾਹਿਬ ਦੀ ਗੱਡੀ ਲੈ ਗਏ ਇੱਥੇ ਆਏ, ਇੱਥੇ ਅਸੀਂ ਬੜਾ ਚਿਰ ਲੱਭਦੇ ਰਹੇ, ਸਾਨੂੰ ਇਹ ਵੀਰ ਮਿਲਿਆ ਨਾ, ਫਿਰ ਅਸੀਂ ਸਾਨੂੰ ਕਿਸੇ ਨੇ ਬੋਲਿਆ ਟਾਹਲਾ ਸਾਹਿਬ ਜਾਓ, ਉੱਥੇ ਗਏ, ਉੱਥੋਂ ਘੁੰਮ ਘੰਮ ਕੇ ਲੱਭ ਕੇ ਲਿਆਂਦੀ। ਸੋ ਅਸੀਂ ਚਾਹੁੰਦੇ ਹਾਂ ਵੀ ਚਲੋ ਵਾਕਈ ਜੋ ਚੀਜ਼ ਕੱਲ੍ਹ ਵੀਡੀਓ ਚਾਣਚੱਕ ਬਣਾਈ, ਕੋਈ ਇਹ ਨਹੀਂ ਪਤਾ ਵੀ ਉਹ ਇੰਨੀ ਵਾਇਰਲ ਹੋ ਜੂਗੀ, ਹੁਣ ਜੱਗ ਬਾਣੀ ਵਾਲੇ ਹੋਰ ਸਾਰੇ, ਉਹ ਵਾਇਰਲ ਹੋਣ ਦਾ ਕਾਰਨ ਇਹ ਹੈ ਕਿ ਇਹ ਬੱਚੇ 'ਚ ਇਨਸਾਨੀਅਤ ਬਹੁਤ ਭਰੀ ਆ, ਨਹੀਂ ਤਾਂ ਛੋਟੇ ਬੱਚੇ ਨੂੰ 100-50 ਦਾ ਲਾਲਚ ਦੇ ਦਿਓ, ਵੈਸੇ ਹੀ ਉਹ ਕਹਿੰਦਾ ਕੋਈ ਗੱਲ ਨਹੀਂ ਮੇਰੀ ਚੀਜ਼ ਵੀ ਨਹੀਂ ਵਿਕਣ ਡੀ ਅਤੇ ਮੈਂ 100-50 ਕੱਢਾਂਗੇ ਇਹਨਾਂ ਦਾ,
ਅਤੇ ਇਹਨਾਂ ਨਾਲ ਗੱਲਬਾਤ ਕਰਕੇ ਜੋ ਵੀ ਆ ਦੇਣਾ ਤਾਂ ਤੁਹਾਡਾ ਪਿੰਡ ਕਿਹੜਾ ਵਾ ਜੇ ਤੁਹਾਨੂੰ ਕਿਸੇ ਨੇ ਮਦਦ ਭੇਜਣੀ ਹੋਵੇ, ਕਿਉਂਕਿ ਆਮ ਕੀ ਕਰਦੇ ਆ ਸੁਸਾਇਟੀਆਂ ਵਾਲੇ ਐਨ ਜੀ ਓ ਵਾਲੇ ਜੀ ਕਹਿੰਦੇ ਆ ਵੇਖੋ ਜੀ ਬੱਚਾ ਗਰੀਬ ਆ ਜਾਂ ਇਹ ਤੰਦਰੁਸਤ ਨਹੀਂ ਜਾਂ ਇੱਦਾਂ ਜੀ ਇਹਨੂੰ ਪੈਸੇ ਪਾਓ, ਅਤੇ ਅਕਾਊਂਟ ਨੰਬਰ ਆਪਣਾ ਦੇ ਦਿੰਦੇ ਆ ਉਹਦੇ ਵਿੱਚੋਂ, ਜੇ 10 ਬੰਦਿਆਂ ਨੇ ਪੈਸੇ ਭੇਜੇ ਆ ਤਾਂ 2 ਨੂੰ ਬੱਚਿਆਂ ਨੂੰ ਦੇਣੇ, 10 ਵਿੱਚੋਂ 8 ਦੇ ਖਾ ਲੈਣੇ ਆ। ਸੋ ਅਸੀਂ ਇਹੋ ਜਿਹੀ ਕੋਈ ਸਾਡੀ ਭਾਵਨਾ ਨਹੀਂ, ਅਸੀਂ ਤੁਹਾਨੂੰ ਇਹ ਕਹਿੰਦੇ ਤੁਸੀਂ ਆਪਣਾ ਐਡਰੈਸ ਦੱਸੋ, ਤੁਹਾਨੂੰ ਲੋਕ ਆਪ ਮਿਲਣ। ਕਿਹੜਾ ਪਿੰਡ ਆ ਤੁਹਾਡਾ ਜੀ? ਅਸੀਂ ਭਗਤਾਨੇ ਸਟੇਸ਼ਨ 'ਤੇ ਲੱਗੇ ਰਹਿੰਦੇ ਹਾਂ। ਅੱਛਾ, ਭਗਤਾਨੇ ਸਟੇਸ਼ਨ 'ਤੇ ਲੱਗੇ ਰਹਿੰਦੇ, ਉੱਦਾਂ ਘਰ ਤੁਹਾਡਾ? ਉੱਦਾਂ ਘਰ ਬਾਰ ਇਸ ਟਾਈਮ ਕੋਈ ਨਹੀਂ ਗਿਆ, ਉੱਥੇ ਗਿਆਰਾ ਕਰਨਾ ਪੈਂਦਾ ਸਟੇਸ਼ਨ 'ਤੇ ਉੱਦਾਂ ਹੀ। ਹਾਂਜੀ ਵੇਖੋ ਜੀ ਵੀਰੋ, ਰਹਿਣ ਦੀ ਜਗ੍ਹਾ ਦਿੱਤੀ ਹੋਈ ਹੈ ਸਟੇਸ਼ਨ ਵਾਲੇ। ਹਾਂਜੀ ਠੀਕ ਆ, ਆਪਣਾ ਘਰ ਨਹੀਂ ਆ, ਬਸ ਸਫਾਈ ਦਾ ਕਰਕੇ ਕਹਿੰਦੇ ਆ ਵੀ ਉੱਥੇ ਰਹਿਣ ਲਈ ਥੋੜ੍ਹੀ ਬਾਲੀ ਜਿਹੜੀ ਜਗ੍ਹਾ ਦਿੱਤੀ ਆ ਉੱਥੇ ਹੀ। ਅਤੇ ਸੋ ਉਸ ਭਗਤ ਆ, ਜੇ ਤੁਹਾਨੂੰ ਮਿਲਣਾ ਹੋਵੇ ਕੋਈ ਕੋਈ ਖਾਤਾ ਨੰਬਰ, ਕੋਈ ਖਾਤਾ ਨੰਬਰ ਕੋਈ ਨਹੀਂ ਹੈਗਾ, ਕੋਈ ਕਹਿੰਦੇ ਖਾਤਾ ਨੰਬਰ ਨਹੀਂ ਆਇਆ, ਡਾਇਰੈਕਟ ਇਹਨਾਂ ਦੀ ਸੇਵਾ ਤੁਸੀਂ ਕਰ ਸਕਦੇ ਜੋ ਜੇ ਕੋਈ ਮਦਦ ਵਾਲਾ ਵਾ। ਤਾਂ ਤੁਸੀਂ ਜਿਹੜਾ ਗੁਰਦੁਆਰਾ ਚੰਬਾ ਸਾਹਿਬ ਆ ਆਪਣੇ ਤਰਨਾ ਦਲੀ ਬਾਬਾ ਸ਼ਹੀਦ ਮਿਸਲ ਜਿਹੜੀ ਤਰਨਾ ਦਲ ਵਾ ਉਹਨਾਂ ਕੋਲ, ਅਤੇ ਇੱਥੇ ਤੁਸੀਂ ਕਿੰਨੇ ਵਜੇ ਆਉਂਦੇ ਇੱਥੇ? 10-11 ਵਜੇ ਕਰੀਬ ਆਉਂਦੇ ਇੱਥੇ। ਹਾਂਜੀ ਸ਼ਾਮੀ 4-5 ਵਜੇ ਕਰੀਬ ਜਾਈਦਾ ਗੁਰਦੁਆਰਾ। ਜਿੰਨੇ ਵੀ ਮਿਲਣਾ ਗੁਰਦੁਆਰੇ ਚੱਬਾ ਸਾਹਿਬ 10-11 ਵਜੇ ਆਉਂਦੇ ਅਤੇ ਸ਼ਾਮੀ 4-5 ਵਜੇ ਜਾਂਦੇ ਆ। ਅਤੇ ਆਹ ਬੱਚਾ ਵਾ, ਅਤੇ ਗੁਰਕੀਰਤ ਤੁਹਾਡਾ ਨਾਂ ਕੀ? ਮੇਰਾ ਨਾਮ ਸਰਦਾਰ ਮਨਜੋਤ ਸਿੰਘ। ਸਰਦਾਰ ਮਨਜੋਤ ਸਿੰਘ ਇਹਨਾਂ ਦਾ ਨਾਮ ਆ, ਦੋਵੇਂ ਪਿਓ ਪੁੱਤ, ਅਤੇ ਦੋਵੇਂ ਪਿਓ ਪੁੱਤ ਹੀ ਆ, ਹੋਰ ਪਰਿਵਾਰ 'ਚ ਕੋਈ ਜੀ ਨਹੀਂ ਆ, ਇਹ ਇਹਨਾਂ ਦਾ ਬੇਟਾ ਵਾ। ਅਤੇ ਹੈ ਹੀ ਨਹੀਂ ਆ ਵੀ ਸਟੇਸ਼ਨ 'ਤੇ ਰਹਿਣ ਡੇ, ਉੱਥੇ ਸਟੇਸ਼ਨ 'ਤੇ ਉਹਨਾਂ ਥੋੜ੍ਹੀ ਜਗ੍ਹਾ ਦਿੱਤੀ ਆ, ਉੱਥੇ ਕਮਰਾ ਕਿ ਤੰਬੂ ਕਮਰੇ 'ਚ ਰਹਿੰਦੇ ਦਿੱਤਾ ਉਹਨਾਂ ਨੇ, ਉੱਥੇ ਗੁਜ਼ਾਰਾ ਕਰਨ ਡਿਆ। ਅਤੇ ਹੱਥ ਜੋੜ ਕੇ ਸਾਰੇ ਵੀਰਾਂ ਨੂੰ, ਪੰਜਾਬੀਆਂ ਨੂੰ ਬੇਨਤੀ, ਚੈਨਲ ਵਾਲਿਆਂ ਨੂੰ ਬੇਨਤੀ ਆ ਕਿ ਜਿੱਦਾਂ ਆਪਾਂ ਹੋਰ ਨੂਰ ਹੋਣਾਂ ਦੀਆਂ ਵੀਡੀਓ ਵਾਇਰਲ ਕੀਤੀਆਂ ਵਾ, ਮੁੱਖ ਮੰਤਰੀ ਦੀਆਂ ਕੀਤੀਆਂ ਵਾ, ਹੋਰ ਜਿੰਨੇ ਵੀ ਆਪਣੇ ਟਿਕਟੋਕ ਦੇ ਸਟਾਰ ਸੀ ਸਾਰਿਆਂ ਦੀ ਆਪਾਂ ਵੀਡੀਓ ਵਾਇਰਲ ਕਰਦੇ ਰਹੇ ਹਾਂ, ਅਤੇ ਉਹ ਕਿੱਥੋਂ ਤੱਕ ਪਹੁੰਚ ਗਿਆ। ਅੱਜ ਇਹ ਨੰਨਾ ਜਿਹਾ ਬੱਚਾ ਇਹਦੇ ਵੱਲ ਵੇਖ ਕੇ ਬੜਾ ਤਰਸ ਆਉਂਦਾ ਕਿ ਦੋਵੇਂ ਪਿਓ ਪੁੱਤ ਰਹਿਣ ਡੇ, ਅਤੇ ਇਹਨਾਂ ਦੀ ਜ਼ਰੂਰ ਮਦਦ ਕਰੋ ਜਿੰਨੀ ਵੀ ਹੋ ਸਕਦੀ ਆ ਸਾਰੀ, ਕਿਉਂਕਿ ਬੜੇ ਵੀਰਾਂ ਦੇ ਫੋਨ ਵੀ ਆਏ ਆ ਅਤੇ ਉਹਨਾਂ ਨੇ ਕਿਹਾ ਮਦਦ ਕਰਨੀ ਆ, ਅਤੇ ਅਸੀਂ ਅੱਜ ਸਿੱਧੇ ਤੁਹਾਨੂੰ ਡਾਇਰੈਕਟ ਵੀਡੀਓ ਰਾਹੀਂ ਮਿਲਾ ਰਹੇ ਹਾਂ। ਅਤੇ ਜਿੰਨੇ ਵੀ ਮਦਦ ਭੇਜਣੀ ਇੱਥੇ ਚੱਬਾ ਸਾਹਿਬ ਬਹਿੰਦੇ ਆ ਕਿ ਐਨਕਾਂ ਵੇਚਦੇ ਆ, ਮਾਸਕ ਵੇਚਦੇ ਆ, ਹੋਰ ਵੀ ਜੇ ਕੋਈ ਸਮਾਨ ਹੋਵੇ ਉਹ ਵੇਚ ਕੇ ਅਤੇ ਆਪਣਾ ਗੁਜ਼ਾਰਾ ਕਰਦੇ ਆ, ਇਹਨਾਂ ਨੂੰ ਮਿਲ ਸਕਦੇ ਹਨ ਕਿ ਸਾਰੇ ਵੀ। ਬਾਕੀ ਉੱਪਰ ਨੰਬਰ ਜਿਹੜਾ ਉਹ ਛੱਡ ਦਾਂਗੇ, ਜੇ ਕਿਸੇ ਨੂੰ ਆਉਣ 'ਚ ਕੋਈ ਤਕਲੀਫ ਹੈ ਨੰਬਰ 'ਤੇ ਪੁੱਛ ਲਿਓ ਵੀ ਕਿੱਥੇ ਮਿਲਦੇ ਆ, ਕਿੰਨੇ ਵਜੇ ਮਿਲਦੇ, ਕਿਉਂਕਿ ਸਾਨੂੰ ਵੀ ਲੋਕ ਵਾਰ ਵਾਰ ਪੁੱਛ ਰਹੇ ਸੀ ਅਤੇ ਵੀ ਕਿੱਥੇ ਆ, ਕਿੱਥੇ ਅਸੀਂ ਮਦਦ ਕਰਨੀ ਆ, ਅਤੇ ਪਰ ਸਾਨੂੰ ਵੀ ਕੋਈ ਐਡਰੈਸ ਨਹੀਂ, ਮੋਬਾਈਲ ਨੰਬਰ ਅਸੀਂ ਕੋਸ਼ਿਸ਼ ਕਰਦੇ ਇਹਨਾਂ ਨੂੰ ਵੀ ਮੋਬਾਈਲ ਦੀ ਲੈ ਕੇ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੇ ਕੋਈ ਮਿਲ ਗਿਆ, ਕਿਉਂਕਿ ਇਹਨਾਂ ਕੋਲ ਨੰਬਰ ਕੋਈ ਨਹੀਂ ਆ। ਅਤੇ ਜੇ ਬਾਈ ਚਾਂਸ ਉੱਪਰ ਪਰ ਫਿਰ ਵੀ ਇੱਕ ਨੰਬਰ ਛੱਡ ਦਿੰਦੇ ਹਾਂ ਤਾਂ ਉੱਥੇ ਤੁਸੀਂ ਇਹਨਾਂ ਨਾਲ ਉਹ ਤੁਹਾਨੂੰ ਦੱਸ ਦੇਣਗੇ ਉਹ ਨੰਬਰ ਵਾਲੇ ਵੀਰ ਵੀ ਇਹ ਕਿੱਥੇ ਰਹਿੰਦੇ ਆ ਅਤੇ ਕਦੋਂ ਮਿਲਦੇ ਆ। ਜਿੰਨੇ ਵੀ ਸੇਵਾ ਭੇਜਣੀ ਆ ਸਿੱਧੀ ਡਾਇਰੈਕਟ ਇਹਨਾਂ ਨੂੰ ਦਿਓ, ਆਣ ਕੇ ਦਿਓ, ਉਹਦੇ ਵਿੱਚ ਜ਼ਿਆਦਾ ਵਾਧਾ ਵਾ, ਕਿਉਂਕਿ ਬਹੁਤ ਸਾਰੀਆਂ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਇੱਦਾਂ ਦੀਆਂ ਐਨ ਜੀ ਓ ਬਣ ਗਈਆਂ ਵਾ, ਉਹ ਕਰਦੀਆਂ ਕੁਛ ਆ ਅਤੇ ਕਰਾਉਂਦੇ ਕੁਛ ਆ। ਅਤੇ ਸੋ ਜੇ ਰਾਜਪੁਰੇ ਵਾਲੇ ਖਾਸ ਕਰਕੇ ਜਿਹੜੇ ਟਕਸਾਲ ਵਾਲੇ ਵੀਰ ਆ ਸਾਡੇ ਬੜੇ ਸਤਿਕਾਰਯੋਗ ਆ, ਉਹਨਾਂ ਨੇ ਪੁੱਛਿਆ ਸੀ ਅਤੇ ਉਹਨਾਂ ਨੂੰ ਇਹ ਬੱਚੇ ਦਾ ਸਾਰਾ ਆਪਾਂ ਐਡਰੈਸ ਦਾ ਕਰ ਦਿੱਤਾ ਵਾ। ਬਾਕੀ ਜਦੋਂ ਵੀ ਇਹਨਾਂ ਦਾ ਗੇੜਾ ਵੱਜੇ ਅੰਮ੍ਰਿਤਸਰ ਵੱਲ ਨੂੰ ਤਾਂ ਇਹਨਾਂ ਦੇ ਨਾਲ ਜ਼ਰੂਰ ਕਰ ਸਕਦੇ ਹੈਲਪ, ਸ਼ੇਅਰ ਜ਼ਰੂਰ ਕਰ ਦਿਓ। ਸੇਵਾ ਵੀਰੋ ਆਹ ਵਾ ਰੱਬ, ਜੇ ਆਪਾਂ ਰੱਬ ਦੀ ਸੇਵਾ ਕਰਨੀ ਤਾਂ ਵੀਰ ਦੀ ਛੋਟੇ ਜਿਹੇ ਬੱਚੇ ਦੀ ਸੇਵਾ ਕਰੋ। ਇਹ ਆਪਾਂ ਇਸ ਟਾਈਮ 'ਤੇ ਇਹਦੀ ਮਾਂ ਨਹੀਂ, ਆਪਾਂ ਸਾਰੇ ਇਹਦੇ ਮਾਂ ਦਾ ਰੋਲ ਜਿਹੜਾ ਨਿਭਾਈਏ ਅਤੇ ਪਿਤਾ ਦੇ ਨਾਲ ਆਪਾਂ ਖੜੀਏ। ਅਤੇ ਇੰਨੀ ਗਰੀਬੀ ਵਿੱਚ, ਇੰਨੇ ਲੋਕਡਾਊਨ ਦੇ ਵਿੱਚ ਵੇਖੋ ਵੀ ਆਪਣਾ ਛੋਟਾ ਛੋਟਾ ਕਾਰੋਬਾਰ ਕਰਕੇ ਅਤੇ ਆਪਣੇ ਬੱਚੇ ਨੂੰ ਪਾਲਣ ਡਿਆ, ਇੱਕ ਫਾਦਰ ਸਾਹਿਬ ਇੱਕ ਪਿਓ, ਕਿੰਨੀ ਹਿੰਮਤ ਹੋ ਇਹਨਾਂ ਦੇ ਵਿੱਚ। ਅਤੇ ਬਾਕੀ ਸਾਰੇ ਵੀਰ ਵੱਧੋ ਵੱਧ ਸ਼ੇਅਰ ਕਰੋ ਵੀਡੀਓ ਨੂੰ, ਜਿਹੜੇ ਨਹੀਂ ਮਦਦ ਕਰ ਸਕਦੇ ਸ਼ੇਅਰ ਕਰਕੇ ਸ਼ੇਅਰ ਦਾ ਬਟਨ ਦਬਾ ਦਿਓ ਅਤੇ ਉਹਦੀ ਇੰਨੀ ਮਦਦ ਹੋ ਜੂਗੀ, ਸਮਝ ਲਓ ਕਿ ਉਹਨੇ ਮਦਦ ਕਰਤੀ ਇਸ ਛੋਟੇ ਜਿਹੇ ਨੰਨੇ ਬੱਚੇ ਦੀ। ਗੁਰਕੀਰਤ ਸਿੰਘ ਦਾ ਨਾਮ ਆ ਜੀ। ਖੈਰ ਤੁਹਾਨੂੰ ਦੱਸ ਦੇ ਕਿ ਬੱਚੇ ਦੀ ਕਿਰਤ, ਮਿਹਨਤ ਅਤੇ ਜਜ਼ਬੇ ਦੀ ਇਸ ਵੀਡੀਓ ਨੇ ਲੋਕਾਂ ਦੇ ਦਿਲਾਂ ਨੂੰ ਛੂ ਲਿਆ, ਜਿਸਦੇ ਚਲਦੇ ਬੱਚੇ ਦੀ ਇਮਾਨਦਾਰੀ ਨੂੰ ਵੇਖਦੇ ਹੁਣ ਸਮਾਜ ਸੇਵੀ ਸੰਸਥਾਵਾਂ ਤੇ NRI ਵੀਰਾਂ ਕੋਲੋਂ ਉਹਨਾਂ ਦੀ ਮਦਦ ਕਰਨ ਦੀ ਗੱਲ ਆਖੀ ਗਈ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬ।